ਐਜਸਨ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਤੇ ਨਾਲ ਹੀ ਨਾਲ ਸਾਡੇ ਨਾਲ ਇੱਕ ਐਕਸਪਰਟ ਗੈਸਟ ਜੁੜੇ ਨੇ ਅਮਿਤ ਕੁਮਾਰ ਜੀ ਸਾਰਾ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਭਾਜਪਾ ਦੀ ਅਗਲੀ ਰਣਨੀਤੀ ਭਾਜਪਾ ਜਿਹੜੀ ਕਿ ਕੇਂਦਰ ਦੀ ਸਾਡੀ ਇਸ ਵੇਲੇ ਸਰਕਾਰ ਹੈ ਸੱਤਾ ਦੇ ਵਿੱਚ ਹੈ ਔਰ ਹਿਮਾਚਲ ਔਰ ਇਸ ਦੇ ਨਾਲ ਹੀ ਨਾਲ ਗੁਜਰਾਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਵੈਸੇ ਤੇ ਹਰੇਕ ਪਾਰਟੀ ਨੇ ਦੋਨਾਂ ਹੀ ਸੂਬਿਆਂ ਦੇ ਵਿੱਚ ਜਿੱਤ ਦਰਜ ਕਰਨ ਦੇ ਲਈ ਕਮਰ ਕੱਸੀ ਹੋਈ ਹੈ ਪਰ ਭਾਜਪਾ ਦੀਆਂ ਆਪਣੀਆਂ ਕੁਝ ਅਲੱਗ ਰਣਨੀਤੀਆਂ ਜਿਹੜੀਆਂ ਨੇ ਭਾਜਪਾ ਦੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਜਿਹੜੀ ਰਣਨੀਤੀ ਸਾਹਮਣੇ ਆਈ ਹੋਈ ਹੈ ਕਿ ਇਸ ਵਾਰ ਭਾਜਪਾ ਜਿਹੜੀ ਹੈ ਕਦੇ ਵੀ ਕਿਸੇ ਵੀ ਸੂਬੇ ਦੇ ਵਿੱਚ ਮੁਫਤ ਜਾਂ ਫ੍ਰੀ ਬੀਜ ਦੀ ਜਿਹੜੀ ਗੱਲ ਹੈ ਨਹੀਂ ਕਰੂਗੀ ਲੋਕਾਂ ਨੂੰ ਜਿਹੜੇ ਐਲਾਨ ਕੀਤੇ ਜਾਂਦੇ ਨੇ ਲੋਕਾਂ ਨੂੰ ਪਰਮਾਉ ਐਲਾਨ ਜਾਂ ਲਾਲਚ ਵਾਲੇ ਐਲਾਨ ਕੀਤੇ ਜਾਂਦੇ ਨੇ ਵੋਟਾਂ ਲੈਣ ਦੇ ਲਈ ਉਹ ਨਹੀਂ ਕੀਤੇ ਜਾਣਗੇ ਬਲਕਿ ਜੇਕਰ ਇੱਕ ਸਾਈਕਲ ਵੀ ਲੋਕਾਂ ਨੂੰ ਦੇਣਾ ਹੋਊਗਾ ਜਾਂ ਇਹੋ ਜਿਹਾ ਐਲਾਨ ਵੀ ਹੋਊਗਾ ਕਿ ਅਸੀਂ ਤੁਹਾਨੂੰ ਸਾਈਕਲ ਦੇਣਾ ਪਰ ਉਹ ਫ੍ਰੀ ਚ ਨਹੀਂ ਦਿੱਤਾ ਜਾਊਗਾ ਉਹਦੀਆਂ ਕਿਸ਼ਤਾਂ ਉਹ ਵਿਅਕਤੀ ਦੇਗਾ ਔਰ ਬਿਨਾਂ ਕਿਸੇ ਵਿਆਜ ਤੋਂ ਸੋ ਇਸ ਤਰੀਕੇ ਦੇ ਨਾਲ ਜਿਹੜੀ ਨਵੀਂ ਰਣਨੀਤੀ ਭਾਜਪਾ ਦੇ ਵੱਲੋਂ ਹਿਮਾਚਲ ਤੇ ਗੁਜਰਾਤ ਦੇ ਲਈ ਕੜੀ ਜਾ ਰਹੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਹਰੇਕ ਸੂਬੇ ਦੇ ਉੱਤੇ ਲਾਗੂ ਹੋਏਗੀ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਪਰ ਫਿਲਹਾਲ ਸ਼ੁਰੂਆਤ ਜਿਹੜੀ ਹੈ ਉਹ ਹਿਮਾਚਲ ਤੇ ਗੁਜਰਾਤ ਦੇ ਇਲੈਕਸ਼ਨ ਦੇ ਕਾਰਨ ਇਹਨਾਂ ਸੂਬਿਆਂ ਦੇ ਵਿੱਚ ਕੀਤੀ ਜਾਏਗੀ ਹੁਣ ਇਸ ਮੁੱਦੇ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨੇ ਪਹਿਲਾ ਸਵਾਲ ਹੁੰਦਾ ਹੈ ਕਿ ਕਿਹਾ ਜਾ ਰਿਹਾ ਭਾਜਪਾ ਦੇ ਵੱਲੋਂ ਕਿ ਅਗਰ ਝੂਠੇ ਜਾਂ ਫ੍ਰੀ ਵਾਲੇ ਐਲਾਨ ਨਾ ਕੀਤੇ ਜਾਣ ਤੇ ਉਹਦੇ ਨਾਲ ਜਿਹੜਾ ਆਰਥਿਕ ਸੰਕਟ ਹੈ ਦੇਸ਼ 'ਚ ਨਹੀਂ ਆਏਗਾ ਔਰ ਇਸ ਤੋਂ ਇਲਾਵਾ ਦੂਸਰਾ ਸਵਾਲ ਇਹ ਵੀ ਖੜਾ ਹੁੰਦਾ ਹੈ ਜੇਕਰ ਇਲੈਕਸ਼ਨਾਂ ਦੇ ਸਿਰ ਦੇ ਉੱਤੇ ਇਹੋ ਜਿਹੇ ਲੋਕ ਲੁਭਾਵੇਂ ਤੋਹਫੇ ਅਸੀਂ ਨਾ ਦਈਏ ਤਾਂ ਕੀ ਵੋਟ ਬੈਂਕ ਦੇ ਉੱਤੇ ਅਸਰ ਨਹੀਂ ਪਏਗਾ ਸੋ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਗੁਰਪ੍ਰੀਤ ਸੰਧੂ ਸਰ ਤੁਹਾਡੇ ਕੀ ਵਿਚਾਰ ਦੇਖੋ ਜੀ ਗੱਲ ਇਹ ਹੈ ਵੀ ਜਿੰਨੀ ਕੁ ਸ਼ੁਰੂਆਤ ਕੀਤੀ ਹੈ ਬੀਜੇਪੀ ਨੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਕਿਸੇ ਹੱਦ ਤੱਕ ਇੱਕ ਠੀਕ ਫੈਸਲਾ ਹੈ ਪਰ ਜੇ ਆਪਾਂ ਇਹ ਗੱਲ ਕਹੀਏ ਕਿ ਇਹ ਜਿੰਨਾ ਫੈਸਲਾ ਇਹ ਇਹੋ ਹੀ ਕਾਫੀ ਹੈ ਤੇ ਮੈਨੂੰ ਲੱਗਦਾ ਕਿ ਇਹ ਬੜੀ ਹਲੇ ਇੰਨਾ ਕਾਫੀ ਨਹੀਂ ਹੈ ਬਹੁਤ ਦੂਰ ਦੀ ਕੌਡੀ ਹੈ ਕਿਉਂਕਿ ਅਸੀਂ ਗੱਲਾਂ ਜਦੋਂ ਕਰਦੇ ਹਾਂ ਗੱਲਾਂ ਅਸੀਂ ਵਿਦੇਸ਼ਾਂ ਦੀਆਂ ਕਰਦੇ ਹਾਂ ਹੁਣੇ ਮੈਂ ਖਬਰ ਦੇਖ ਰਿਹਾ ਸੀ ਕਿ ਅਮਰੀਕਾ ਨੂੰ ਅਸੀਂ ਜਾ ਰਹੇ ਨੇ ਪ੍ਰਵਾਸੀ ਵੱਖ ਵੱਖ ਦੇਸ਼ਾਂ ਦੇ ਲੋਕ ਤੇ ਜਾਂਦੇ ਹੋਏ ਅਸੀਂ ਆਪਣੀਆਂ ਜਾਨਾਂ ਵੀ ਗਵਾ ਬੈਂਦੇ ਆ ਬੇੜੀਆਂ ਡੁੱਬ ਜਾਂਦੇ ਆ ਡੌਂਕੀਆਂ ਲਾਉਂਦੇ ਆ ਜੀ ਕਾਰਨ ਕੀ ਹੈ ਕਿ ਅਮਰੀਕਾ ਦੇ ਵਿੱਚ ਸਭ ਕੁਝ ਫ੍ਰੀ ਹੈ ਜਾਂ ਉਹ ਮੁਲਕ ਜਿਨ੍ਹਾਂ ਨੂੰ ਅਸੀਂ ਭੱਜਦੇ ਹਾਂ ਕਿ ਇੱਥੇ ਸਭ ਕੁਝ ਫ੍ਰੀ ਹੈ ਨਹੀਂ ਉੱਥੇ ਫ੍ਰੀ ਨਹੀਂ ਹੈ ਕੁਝ ਵੀ ਪਰ ਉੱਥੇ ਇਸ ਤਰ੍ਹਾਂ ਵੀ ਨਹੀਂ ਹੈ ਵੀ ਅਸੀਂ ਤੁਹਾਨੂੰ ਚਲੋ ਜੀ ਤੁਸੀਂ ਵਿਆਜ ਨਾ ਦਿਓ ਅਸੀਂ ਸਿਆਸੀ ਪਾਰਟੀਆਂ ਵੱਲੋਂ ਕਰਾਂਗੇ ਤੁਹਾਨੂੰ ਅਸੀਂ ਫ੍ਰੀ ਚੀਜ਼ਾਂ ਦੇਵਾਂਗੇ ਇਸ ਤਰ੍ਹਾਂ ਦਾ ਵੀ ਨਹੀਂ ਹੈ ਉੱਥੇ ਮੈਂ ਹੁਣੇ ਦੇਖ ਰਿਹਾ ਸੀਗਾ ਕਿ 35 ਤੋਂ 40% ਤੱਕ ਜਿਹੜਾ ਟੈਕਸ ਹਰ ਵਿਅਕਤੀ ਨੂੰ ਉੱਤੇ ਦੇਣਾ ਪੈਂਦਾ ਹੈ ਜੀ ਔਰ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਟੈਕਸ ਪੇਅਰ ਨੇ ਉਹਨਾਂ ਲਈ ਸਹੂਲਤਾਂ ਨੇ ਨਾ ਕਿ ਉਹਨਾਂ ਲੋਕਾਂ ਲਈ ਸਹੂਲਤਾਂ ਨੇ ਜਿਹੜੇ ਕਿ ਫ੍ਰੀ ਭਾਲਦੇ ਸਭ ਕੁਝ ਜਿਹੜੇ ਕਿ ਮਿਹਨਤ ਕਰਕੇ ਰਾਜੀ ਨਹੀਂ ਜਿਹੜੇ ਕਿ ਡੱਕਾ ਤੋੜ ਕੇ ਰਾਜੀ ਨਹੀਂ ਉਹਨਾਂ ਲੋਕਾਂ ਨੂੰ ਅਗਰ ਉੱਥੇ ਜੇ ਦੇਖਿਆ ਜਾਵੇ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਕਿ ਲਓ ਜੀ ਭੀਖ ਮੰਗਦੇ ਨੇ ਲੋਕ ਸੜਕਾਂ ਤੇ ਤੁਰੇ ਫਿਰਦੇ ਨੇ ਤੇ ਮੈਨੂੰ ਲੱਗਦਾ ਅਮਰੀਕਾ ਦੇ ਵਿੱਚ ਵੀ ਭਿਖਾਰੀਆਂ ਦੀ ਕਮੀ ਨਹੀਂ ਜਰਮਨ ਦੇ ਵਿੱਚ ਵੀ ਭਿਖਾਰੀਆਂ ਦੀ ਕਮੀ ਨਹੀਂ ਕਿਸੇ ਮੁਲਕ 'ਚ ਭਿਖਾਰੀਆਂ ਦੀ ਕੋਈ ਕਮੀ ਨਹੀਂ ਹੈ ਬਾਹਰ ਸਾਡੀਆਂ ਨੀਤੀਆਂ ਜਿਹੜੀਆਂ ਨੇ ਉਹ ਹਲੇ ਬਹੁਤ ਅਸੀਂ ਦੂਰ ਬੈਠੇ ਹਾਂ ਹਲੇ ਜੇ ਅਸੀਂ ਕਹਿੰਦੇ ਹਾਂ ਇੱਕ ਪਾਸੇ ਤਾਂ ਬੀਜੇਪੀ ਕਹਿ ਰਹੀ ਹੈ ਅਸੀਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਤੇ ਵਿਸ਼ਵ ਗੁਰੂ ਬਣਾਉਣ ਵਾਸਤੇ ਜ਼ਰੂਰੀ ਹੈ ਕੱਲਾ ਭਾਰਤ ਦਾ ਅਧਿਆਤਮ ਨਹੀਂ ਚੱਲਣਾ ਕੱਲਾ ਇੱਥੋਂ ਦੀ ਸੰਸਕ੍ਰਿਤੀ ਨਹੀਂ ਚੱਲਣੀ ਨਾਲ ਦੀ ਨਾਲ ਜਿਹੜੇ ਅੱਜ ਦੀ ਆਰਥਿਕਤਾ ਜਿਹੜੀ ਹੈ ਆਰਥਿਕਤਾ ਦੇ ਮੋਰਚੇ ਉੱਤੇ ਅਸੀਂ ਲੋਕਾਂ ਨੂੰ ਕਿਵੇਂ ਤਿਆਰ ਕਰਦੇ ਹਾਂ ਕਿਵੇਂ ਉਹਨਾਂ ਨੂੰ ਅਸੀਂ ਊਰਜਾਵਾਨ ਬਣਾਉਂਦੇ ਹਾਂ ਕਿਵੇਂ ਉਹਨਾਂ ਨੂੰ ਮਿਹਨਤਕਸ਼ ਬਣਾਉਂਦੇ ਹਾਂ ਇਹ ਸਾਡੇ ਵਾਸਤੇ ਜਿਹੜਾ ਦੇਖਣਾ ਉਹ ਵੀ ਬਹੁਤ ਲਾਜ਼ਮੀ ਹੈ ਤੋਂ ਮੈਨੂੰ ਲੱਗਦਾ ਕਿ ਹਲੇ ਤੇ ਬਹੁਤ ਕੁਝ ਕਰਨਾ ਬਾਕੀ ਕਰਨ ਦੀ ਲੋੜ ਹੈ ਜੀ ਅਮਿਤ ਕੁਮਾਰ ਜੀ ਤੁਹਾਡੇ ਵੱਲ ਚਲਦੇ ਆ ਸੰਧੂ ਜੀ ਕਹਿ ਰਹੇ ਨੇ ਕਿ ਸਿਰਫ ਆਰਥਿਕ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੀ ਜਿਹੜਾ ਫ੍ਰੀ ਬੀਜ ਦਾ ਐਲਾਨ ਹੈ ਇਸ ਪੂਰਾ ਨਹੀਂ ਹੋ ਸਕਦਾ ਇਹਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਭਾਜਪਾ ਤੁਹਾਡੇ ਕੀ ਵਿਚਾਰ ਮੈਂ ਗੁਰਪ੍ਰੀਤ ਸਿੰਘ ਸੰਧੂ ਜੀ ਨਾਲ ਬਿਲਕੁਲ ਸਹਿਮਤ ਹਾਂ ਪਹਿਲਾਂ ਤਾਂ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਹੜਾ ਮਤਲਬ ਫ੍ਰੀ ਬੀਜ ਵਾਲਾ ਮੁੱਦਾ ਹੈ ਹਨਾ ਆਪਾਂ ਸਾਰੀ ਦੁਨੀਆ ਸਾਹਮਣੇ ਬਹੁਤ ਜ਼ਿਆਦੀਆਂ ਐਗਜ਼ਾਮਪਲਾਂ ਸੈੱਟ ਹੋ ਚੁੱਕੀਆਂ ਆ ਸਭ ਤੋਂ ਜਿਹੜੀ ਰੀਸੈਂਟ ਐਗਜ਼ਾਮਪਲ ਆ ਜਿਹੜੀ ਮਤਲਬ ਸ਼੍ਰੀਲੰਕਾ ਸਾਡੇ ਸਾਹਮਣੇ ਬਹੁਤ ਵੱਡੀ ਐਗਜ਼ਾਮਪਲ ਆ ਜਿਹੜਾ ਮਤਲਬ ਇੱਕ ਦੇਸ਼ ਤਬਾਹ ਹੋ ਗਿਆ ਚਲੋ ਕਿਸੇ ਸੂਬੇ ਦਾ ਤਬਾਹ ਹੋ ਜਾਣਾ ਇੱਕ ਅਲੱਗ ਵਿਸ਼ਾ ਪਰ ਪੂਰਾ ਦੇਸ਼ ਹੀ ਤਬਾਹ ਹੋ ਗਿਆ ਦੇਖੋ ਉਹਨਾਂ ਨੇ ਆਪਣੀ ਵੋਟ ਬੈਂਕ ਦੀ ਰਾਜਨੀਤੀ ਕਰਕੇ ਮਹਿੰਗੇ ਭਾਅ ਦਾ ਕਰਜ਼ਾ ਚਾਈਨਾ ਤੋਂ ਲੈ ਕੇ ਆਪਣੇ ਲੋਕਾਂ ਨੂੰ ਮਤਲਬ ਫ੍ਰੀਬੀਜ਼ ਵੰਡੀਆਂ ਸਭ ਤੋਂ ਵੱਡੀ ਐਗਜ਼ਾਮਪਲ ਸੈੱਟ ਹੋ ਗਈ ਦੁਨੀਆ ਦੇ ਵਿੱਚ ਤਬਾਹੀ ਦੀ ਤਬਾਹੀ ਕਾਹਦੇ ਕਰਕੇ ਹੋਈ ਆ ਫ੍ਰੀਬੀਜ਼ ਕਰਕੇ ਸਿਰਫ ਵੋਟ ਬੈਂਕ ਕਰਕੇ ਤੇ ਇੱਕ ਲੰਮੇ ਸਮੇਂ ਦੇ ਜਿਹੜਾ ਇੱਕ ਪਰਿਵਾਰ ਰਾਜ ਕਰ ਰਿਹਾ ਸੀ ਪਰਿਵਾਰ ਦੀ ਜਿਹੜੀ ਨੀਤੀ ਸੀਗੀ ਵੀ ਲਾਲਚ ਦੇ ਕੇ ਲੋਕਾਂ ਕੋਲ ਵੋਟਾਂ ਲੈ ਕੇ ਰਾਜ ਕਰਨੀ ਸੀਗੀ ਮਤਲਬ ਇਹ ਦੁਨੀਆ ਨੂੰ ਬਹੁਤ ਵੱਡਾ ਸੰਦੇਸ਼ ਹੈ ਮਤਲਬ ਜਿਹੜੀਆਂ ਚੀਜ਼ਾਂ ਆ ਮਤਲਬ ਜੇ ਅਰਥਚਾਰੇ ਨੂੰ ਦੇਖੀਏ ਤਾਂ ਇਸ ਦੁਨੀਆ ਦੇ ਵਿੱਚ ਆਪਾਂ ਜਿਹੜਾ ਸਾਹ ਵੀ ਲੈਂਦੇ ਹਾਂ ਉਹ ਵੀ ਮੁੱਲ ਦਾ ਆ ਮੇਰੇ ਹਿਸਾਬ ਨਾਲ
क्योंकि जो आप जीन का भी आप टैक्स पे करते हैं गवर्नमेंट जो आप गवर्नमेंट फैसिलिटीज दी भी आप टैक्स पे करके फैसिलिटीज लें अभी फ्री नहीं लेंगे पर जी फ्री वाली राजनीति आ ये देश लिए बहुत घातक सिद्ध हो सकती है जे मतलब लोग इस चीज लोगों जागरूक होना पेगा वोटर क्योंकि जो वोटर जागरूक होगा फिर ही मतलब देश तरक्की कर पाएंगे क्योंकि लीडर का काम है लीडरशिप का काम है देश को चलाना पर जो लीडरशिप ही मतलब कंगाल हो जूगी तो देश कितना चलेंगे। जी बिल्कुल संधू जी की कहना चाहोगे? गल तो ठीक कर रहे हैं लेकिन अगर असी विचार करिए थोड़ा गहराई दे नाल देश का जिहड़ा देश दे विच एक ने देश दे विच बहुत सारे दर्जना सूबे ने पर उन्हां दे विचों सब तो वड्डी जिहड़ी फ्री वाली समस्या आ उह मैनूं लगदा साडे कितें ना कितें जिहड़ी बॉर्डर स्टेट आ पंजाब आ उहदे लोकां दे विच कुछ ज़्यादा घर कर गई है और ये हुण तों रुझान जिहड़ा उह ज़्यादा सामने आया। पहले आपां बादल सरकार रही आ अकाली दल दी कांग्रेस सरकार रही है उन्होंने कितें ना कितें जिहड़ा उह इक वर्ग नूं पहले उत्साहित किया खेतीबाड़ी उत्साहित करने के नाते उन्होंने फ्री बिजली दी और तुम देखो फ्री बिजली देने लगे ये नहीं किया कि जो जरूरतमंद ने जो बिल नहीं दे पा रहे हैं जिन्हों की बहुत छोटी खेती है असं उन्होंने लोगों को सिर्फ इस स्कीम शामिल करिए सगो उन्होंने जो धनाड़ लोग उन्होंने भी शामिल कर लिया। फिर इस तो अलावा समस्या तो यह पानिया की समस्या तो सी जी जमीन के हेठा पानी है जिहड़ा पानी असं खेतीबाड़ी लिए वरतते हैं बहुत ज्यादा बड़ा जिहड़ा खेतर आ वह असीं जमीन हेठले पानी ते निर्भर आ जिहड़ा दरियाई पानी वाला हैगा पानी दरियावां दा जिहड़ा नहरी राही आउंदा आ जिहड़ा खालियां राही पहुंचदा वह खेतर जरूर काफ़ी है पर इन्ना ज्यादा नहीं है कि असी सारी जिहड़ी राजनीति है जिहड़ी चीज़ असीं सोचिए भी पानी जे वह बचा लिया दरियावां दा ते असीं सब कुछ बचा लिया दरियावां दा जिहड़ा पानी आ जद तक जमीन च नहीं रीचार्ज करदा असीं उहदा नहीं ध्यान दित्ता किसी ने प्रोपर ढंग ना रीचार्ज होवे असीं इह नहीं ध्यान दित्ता कि उत्थों पानी एक्सेस ना निकले सरकारां ने वह नीतियां लियांदियां जिहदे नाल पानी जमीन दे विचों मुक्या सरकार नूं इह नहीं कदे कीता इन्हां ने कि असीं उह काम करिए ट्यूबवैल घट दईए और उन्ने दईए जिन्नी जरूरत आ हर एक नूं इह ना होवे एक दी एक जमीन है उहदा इक टुकड़ा उह कहे जी हुण मैं भरावां च वंड लई अलग अलग चाहीदे उह कहे पोतियां च वंड लई हुण फिर अलग अलग ट्यूबवैल चाहीदे इहदा मतलब जे किसे कोल 10 एकड़ जमीन है दो भरावां ने वंडी पंज पंज ते उहदे अगे दो दो बच्चे भी होए उन्हां ने ढाई ढाई एकड़ ट्यूबवैलां दी गिणती वध गई है लेकिन जिथे पहले 10 एकड़ नूं इक ट्यूबवैल सिंजदा सीगा उत्थे हुण तुसीं ढाई ढाई एकड़ नूं सिंजण वास्ते लाते सो मैनूं लगदा किते ना किते जिहड़ियां नीतियां ने इह फ्री वालियां नीतियां इह साडे लई सब तों वड्डी समस्या आ बिलकुल और इह इक इन्ना ही नहीं काम करदी इह इक तरीके नाल व्यक्ति नूं अपाहज करदी आ मानसिक तौर ते भी और शारीरिक तौर ते भी नकारा करदी आ बिलकुल बिलकुल आपां हमेशा कहिंदे इलैक्शनां दे विच कि लोकां नूं फ्री दी जिहड़ी शराब है नहीं किसी भी पोलिटिकल पार्टी दे वल्लों देनी चाहीदी या लोकां नूं होर जिहड़े तोहफे ने नहीं देने चाहीदे तोहफा कोई भी होवे चाहे वड्डा होवे चाहे छोटा एक पैनी क्यों ना होवे भ्रिष्टाचार दे खेतर दे विच आ जांदा जदों असीं अपना काम कटवाउण दे लई किसे नूं लालच दिंदे आ फिर चाहे उह छोटा होवे चाहे वड्डा होवे। गल करदे आ अमित कुमार जी तुहाडे वल जिवें कि संधू जी ने कहा कि किसी भी तरह की फ्री जिहड़ी चीज़ है नहीं होनी चाहीदी और भाजपा दे वल्लों इह जिहड़ा ऐलान है बहुत वधिया है पर की वोट बैंक की राजनीति की जेकर गल करिए ता ओदे उत्ते भाजपा दे वोटां दे उत्ते असर नहीं होएगा हिमाचल दे विच ते गुजरात दे विच क्योंकि दूसरिया पार्टियां ता लोक नूं भावे तोहफे देण नूं बैठियां ही ने। अमित जी देखो जी देखो जी इस तरह आ शुरू तो ही देश दे विच ना वोट बैंक दी आड़ दे विच जिहड़ा सिस्टम चलिया आउंदा सी पर भाजपा ने बहुत वधिया पहल कीती है वी असीं फ्री कुछ नहीं देवांगे उहदे नाल एक एग्जाम्पल भी सैट हो गई है मतलब जिहड़ियां पार्टियां जिन्नियां भी राजनीतिक पार्टियां वा उहनां सब दा एजेंडा आ कुछ ना कुछ फ्री दे के आपां वोट बैंक इकट्ठा करिए पर इन्हां ने एक नवीं एग्जाम्पल सैट कर दित्ती आ बई फ्री नहीं देना किश्तां विच दे दे अगला पैसे पे कर देवे जां थोड़े थोड़े करके पे कर देवे उहदे नाल मतलब कोई क्योंकि सारी दुनिया कमाउंदी आ जे बंदा कमाउंदा आ तां पे करना भी सिखना चाहीदा आ। हाँ जे कोई बिल्कुल लो वर्ग दा आ जिहड़ा लोअर वर्ग आ उन्होंने भी मतलब इंस्टॉलमेंट के कोई सहूलत देनी चाहिए आ जो बहुत वधिया बीजेपी की पहल की है इन्होंने ये की है एक लोगों के मैसेज आऊगा कि मतलब हाँ लोगों भी ईमानदारी दिखाने की जरूरत आ मैं एक गल होर ऐड कर देवा लोगों भी ईमानदारी दिखाने की जरूरत है कला मतलब यह नहीं गा भी जे फ्री का लालच देता तो फ्री के लालच में वोट पा दौ क्योंकि जो सा फ्यूचर है वह अर्थचारे से टिका हुआ जी। अमित जी पर मेरा सवाल यह कि अगर लोगों की ईमानदारी तुसी गल कर रहे हो ना कि जेकर लोग जड़े ने ईमानदारी दिखाउण जेकर ना दिखाउण क्योंकि बाकी दे पार्टियां बैठियां ने उन्हां नूं बहुत तोहफे देण लई तां फिर भाजपा दे वोट बैंक दा असर नहीं पाऊगा
ਨਹੀਂ ਮੈਂ ਜਿਹੜੀਆਂ ਸਟੇਟਾਂ ਦੀ ਤੁਸੀਂ ਗੱਲ ਕਰਦੇ ਆ ਪੰਜਾਬ ਨੂੰ ਆਪਾਂ ਇਹਨਾਂ ਨਾਲ ਨਹੀਂ ਰਲਾ ਸਕਦੇ। ਪੰਜਾਬ ਵਾਲਿਆਂ ਨੇ ਫ੍ਰੀ ਬਿਜਲੀ ਜੀ, ਮੈਂ ਹਿਮਾਚਲ ਤੇ ਗੁਜਰਾਤ ਦੀ ਗੱਲ ਕਰ ਰਹੀ ਹਾਂ। ਹਾਂਜੀ ਮੈਂ ਵੀ ਉਹੀ ਗੱਲ ਕਰ ਰਿਹਾ, ਹਿਮਾਚਲ ਤੇ ਗੁਜਰਾਤ ਨੂੰ ਆਪਾਂ ਪੰਜਾਬ ਦੇ ਨਾਲ ਨਹੀਂ ਮਤਲਬ ਰੈਲੀਵੇਟ ਕਰ ਸਕਦੇ, ਕਿਉਂਕਿ ਜਿਹੜਾ ਹਨਾ ਗੁਜਰਾਤ ਤੇ ਹਿਮਾਚਲ ਦੇ ਲੋਕ ਬਹੁਤ ਸਮਝਦਾਰ ਆ ਪੰਜਾਬ ਨਾਲੋਂ। ਪੰਜਾਬ ਦੇ ਵਿੱਚ ਜਿਹੜੇ ਲੋਕ ਆ ਮਤਲਬ ਜ਼ਿਆਦਾ ਕਹਿ ਲਓ ਵੀ ਲਾਈ ਲੱਗ ਗਿਆ, ਤੇ ਜਿਹੜੇ ਹਿਮਾਚਲ ਦੇ ਲੋਕ ਸਮਝਦਾਰ ਆ, ਦੇਸ਼ ਦੇ ਤੰਤਰ ਨੂੰ ਬਖੂਬੀ ਸਮਝਦੇ ਆ। ਇੱਕ ਸਮਾਜ ਦੇ ਵਿੱਚ ਇੱਕ ਹਰ ਵਰਗ ਹੁੰਦਾ ਆ ਵੀ ਜਿਹੜਾ ਬਹੁਤ ਭੋਲਾ ਹੁੰਦਾ, ਜਿਹੜਾ ਇਹਦੇ ਚੀਜ਼ਾਂ 'ਚ ਫਸ ਜਾਂਦਾ ਆ, ਨੋ ਡਾਊਟ। ਮਤਲਬ ਉਹਨਾਂ ਦੀ ਜਿਹੜੀ ਰੇਸ਼ੋ ਆ ਬਹੁਤ ਘੱਟ ਆ, ਖਾਸ ਕਰਕੇ ਗੁਜਰਾਤ ਤੇ ਹਿਮਾਚਲ ਦੇ ਵਿੱਚ। ਮੈਨੂੰ ਨੀ ਲੱਗਦਾ ਵੀ ਇਸਦਾ ਅਸਰ ਗੁਜਰਾਤ ਤੇ ਜਾਂ ਹਿਮਾਚਲ ਤੇ ਪਵੇਗਾ। ਬਿਲਕੁਲ ਸੰਧੂ ਸਰ, ਤੁਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਹੋ, ਇਹ ਕਹਿ ਰਹੇ ਨੇ ਕਿ ਗੁਜਰਾਤ ਤੇ ਹਿਮਾਚਲ ਦੇ ਵਿੱਚ ਲੋਕ ਸਮਝਦਾਰ ਨੇ ਔਰ ਲੋਕ ਰਾਜਨੀਤੀ ਨੂੰ ਵੀ ਸਮਝਦੇ ਨੇ, ਸੋ ਵੋਟ ਬੈਂਕ ਤੇ ਕੋਈ ਅਸਰ ਨਹੀਂ ਹੋਏਗਾ। ਗੱਲ ਇਹਨਾਂ ਦੀ ਕਿਤੇ ਨਾ ਕਿਤੇ ਠੀਕ ਲੱਗ ਰਹੀ ਹੈ ਜੀ, ਕਿਉਂਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਇਆ ਸੀ, ਗੁਜਰਾਤ ਦਾ ਦੱਸਿਆ ਜਾ ਰਿਹਾ ਸੀ, ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਇੱਥੇ ਸਾਰੀਆਂ ਫ੍ਰੀ ਚੀਜ਼ਾਂ ਦੀ ਅਨਾਊਂਸਮੈਂਟ ਕਰਕੇ ਜਿਹੜੀ ਇੱਥੋਂ ਦੀ ਚੋਣ ਜਿੱਤੀ ਹੈ, ਔਰ ਉਹਨਾਂ ਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਸਾਨੂੰ ਇੰਨੀਆਂ ਸੀਟਾਂ ਮਿਲ ਜਾਣਗੀਆਂ, ਉਸ ਤੋਂ ਜ਼ਿਆਦਾ ਸੀਟਾਂ ਦੇ ਨਾਲ ਜਿਹੜੀ ਉਹਨਾਂ ਦੀ ਜਿੱਤ ਹੁੰਦੀ ਹੈ। ਤੋ ਉਹੀ ਲੋਕ ਜਾ ਕੇ ਜਦੋਂ ਗੁਜਰਾਤ ਦੇ ਵਿੱਚ ਪੁੱਛ ਰਹੇ ਸੀ, ਕਹਿ ਰਹੇ ਸੀ ਵੀ ਜੇ ਫ੍ਰੀ ਬਿਜਲੀ ਮਿਲ ਜਾਏ ਤਾਂ ਕਿਸ ਤਰ੍ਹਾਂ ਦਾ ਲੱਗੇ, ਕੌਣ ਕੌਣ ਹੈ ਜਿਹਨੂੰ ਫ੍ਰੀ ਬਿਜਲੀ ਚਾਹੀਦੀ, ਤਾਂ ਲੋਕਾਂ ਨੇ ਹੱਥ ਖੜੇ ਕੀਤੇ ਕਿ ਸਾਨੂੰ ਬਿਜਲੀ ਫ੍ਰੀ ਨਹੀਂ ਚਾਹੀਦੀ। ਸੋ ਕਹਿਣ ਦਾ ਭਾਵ ਇਹ ਹੈ ਕਿ ਉੱਥੋਂ ਦੇ ਲੋਕ ਸੱਚਮੁੱਚ ਦੇਖੋ ਵਪਾਰੀ ਜ਼ਰੂਰ ਨੇ ਲੋਕ ਉੱਥੋਂ ਦੇ, ਪਰ ਜਿਹੜਾ ਵਪਾਰੀ ਬੰਦਾ ਹੁੰਦਾ ਉਹ ਘਾਟਾ ਔਰ ਵਾਧਾ ਉਹਨੂੰ ਚੰਗੀ ਤਰ੍ਹਾਂ ਜਾਣਦਾ, ਔਰ ਜਿਹੜਾ ਸਮਝਦਾਰ ਵਿਅਕਤੀ ਹੁੰਦਾ ਇਹ ਚੀਜ਼ ਜਾਣਦਾ ਹੁੰਦਾ ਕਿ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਕਦੀ ਫ੍ਰੀ ਨਹੀਂ ਹੁੰਦੀ। ਇਹ ਹੋ ਸਕਦਾ ਵੀ ਜਿਹੜੀ ਚੀਜ਼ ਤੁਹਾਨੂੰ ਫ੍ਰੀ ਦੇ ਨਾਂ ਤੇ ਦਿੱਤੀ ਜਾਵੇ ਉਹਦੀ ਕੀਮਤ ਇੰਨੀ ਜ਼ਿਆਦਾ ਹੋਵੇ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੁਕਾਉਂਦੀਆਂ ਥੱਕ ਜਾਣ, ਪਰ ਤੁਹਾਡੇ ਕੋਲ ਅਦਾ ਨਾ ਕੀਤੀ ਜਾ ਸਕੇ। ਬਿਲਕੁਲ ਸੰਧੂ ਸਰ, ਇਹਦੇ ਨਾਲ ਹੀ ਨਾਲ ਜਿਹੜੀ ਫ੍ਰੀ ਬੀਜ ਦੀ ਸਕੀਮ ਹੈ ਜਿਹਦੇ ਵਿੱਚ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਇੱਕ ਸਾਈਕਲ ਦੀ ਉਦਾਹਰਨ ਦੇ ਕੇ ਸਮਝਾਇਆ ਗਿਆ, ਸਾਡੇ ਦਰਸ਼ਕਾਂ ਨੂੰ ਥੋੜਾ ਸਮਝਾਓ ਕਿ ਫ੍ਰੀ ਬੀਜ ਦੀ ਸਕੀਮ ਕਿਸ ਤਰੀਕੇ ਨਾਲ ਲਾਗੂ ਹੋ ਸਕਦੀ ਹੈ ਅਗਰ ਇਹ ਪੂਰੀ ਤਰ੍ਹਾਂ ਅਮਲ ਦੇ ਵਿੱਚ ਆ ਜਾਵੇ ਤਾਂ। ਬੀਜੇਪੀ ਦਾ ਜਿੰਨਾ ਕੁ ਮੈਨੂੰ ਸਮਝ ਆਈ ਹੈ ਗੱਲ ਦੀ, ਜਿਵੇਂ ਉਹ ਕਹਿੰਦੇ ਇੱਕ ਅਸੀਂ ਕਹਿੰਦੇ ਗਰੀਬ ਬੰਦੇ ਦੀ ਮਦਦ ਕਰਨੀ, ਗਰੀਬ ਬੰਦੇ ਨੂੰ ਜੇ ਕਹੀਏ ਵੀ ਗਰੀਬ ਬੰਦਾ ਕਹੋ ਜੀ ਮੈਂ ਕਾਰ ਲੈਣੀ ਆ, ਹੁਣ ਗਰੀਬ ਬੰਦੇ ਨੂੰ ਇਹ ਤਾਂ ਨਹੀਂ ਕਿਹਾ ਜਾ ਸਕਦਾ ਤੁਸੀਂ ਕਾਰਾਂ ਲੈ ਲਓ, ਹੈਨਾ, ਉਹਦੀ ਸਮਰੱਥਾ ਦੇ ਹਿਸਾਬ ਨਾਲ ਪਹਿਲਾਂ ਦੇਖ ਕੇ ਕਿ ਉਹ ਬੰਦਾ ਕਿੰਨੀ ਅਰਨਿੰਗ ਕਰਦਾ ਹੈ ਜਾਂ ਕਿੰਨੀ ਕੁ ਉਹਦੀ ਜ਼ਰੂਰਤ ਹੈ। ਸਟੂਡੈਂਟ ਆ ਜਾਂਦੇ ਨੇ ਉਹਦੇ ਜ਼ਿਆਦਾ, ਖਾਸ ਤੌਰ 'ਤੇ ਸਟੂਡੈਂਟ ਵਰਗ ਆ ਜਾਂਦਾ ਕਿ ਸਟੂਡੈਂਟ ਨੂੰ ਜ਼ਰੂਰਤ ਹੈ ਜੀ, ਉਹਦੇ ਕੋਲ ਸਾਈਕਲ ਨਹੀਂ ਹੈ, ਉਹਨੇ ਦੂਰ ਜਾਣਾ ਸਾਈਕਲ 'ਤੇ ਜਾਣਾ ਚਾਹੁੰਦਾ, ਹੈਨਾ, ਪਰ ਹੁਣ ਪੰਜਾਬ ਦੇ 'ਚ ਗੱਲ ਕਹੀ ਹੈ ਪੰਜਾਬੀ ਦਾ ਕਹਿਣਗੇ ਲਓ ਜੀ ਸਾਈਕਲ ਦਾ ਜ਼ਮਾਨਾ ਕਿਤੇ, ਸਾਨੂੰ ਲੈ ਕੇ ਦੇਣੀ ਸਰਕਾਰ ਸਾਨੂੰ ਤਾਂ ਬਾਈਕ ਲੈ ਕੇ ਦਿਓ। ਸੋ ਇਹ ਲੇਕਿਨ ਹਿਮਾਚਲ ਦੇ ਵਿੱਚ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਹਲੇ ਬੱਚਿਆਂ ਤੱਕ ਸਾਡੇ ਜਿਹੜੀ ਪੀੜ੍ਹੀ ਉਹ ਤੱਕ ਨਹੀਂ ਪਹੁੰਚੀ, ਨਾ ਹੀ ਗੁਜਰਾਤ ਵਿੱਚ ਪਹੁੰਚੀ, ਨਾ ਹੀ ਹੋਰ ਸੂਬੇ 'ਚ ਇੰਨੀ ਜ਼ਿਆਦਾ ਪਹੁੰਚੀ ਆ। ਸਾਈਕਲ ਦੀ ਜ਼ਰੂਰਤ ਹੈ ਉਹ ਸਾਈਕਲ ਵੀ ਲਏਗਾ, ਫਿਰ ਲੈਪਟਾਪ ਦਿੰਦੇ ਨੇ, ਲੈਪਟਾਪ ਕਹਿੰਦੇ ਜੀ ਪਿੱਛੇ ਸਮਾਜਵਾਦੀ ਪਾਰਟੀ ਸਕੀਮ ਲੈ ਕੇ ਆਏ ਸੀ, ਠੀਕ ਹੈ ਨਾ, ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਸਕੀਮਾਂ ਆਈਆਂ ਨੇ ਕਿ ਲਓ ਜੀ ਅਸੀਂ ਲੈਪਟਾਪ ਫ੍ਰੀ ਦੇਵਾਂਗੇ, ਪਰ ਫ੍ਰੀ ਦੇਣ ਦਾ ਜਿਹੜਾ ਕੰਮ ਸੀ ਉਹਨੇ ਕਿਤੇ ਨਾ ਕਿਤੇ ਲੋਕਾਂ ਨੂੰ ਲਾਲਚੀ ਜ਼ਰੂਰ ਕੀਤਾ ਹੋਏਗਾ, ਪਰ ਫਿਰ ਵੀ ਤੁਸੀਂ ਦੇਖੋ ਅਸੀਂ ਉਹਨਾਂ ਨੂੰ ਹਲੇ ਕਿ ਪੰਜਾਬੀਆਂ ਨਾਲੋਂ ਪਛੜੇ ਹੋਏ ਲੋਕ ਸਮਝਦੇ ਆ, ਪਰ ਇਸ ਦੇ ਬਾਵਜੂਦ ਉਹ ਲੋਕ ਜਿਹੜੇ ਆ ਆਰਥਿਕ ਤੌਰ ਤੇ ਭਾਵੇਂ ਉਹ ਸਾਡੇ ਨਾਲ ਪਿੱਛੇ ਨਹੀਂ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਨਾਲ ਜ਼ਿਆਦਾ ਜਾਗਰੂਕ ਨੇ, ਉਹਨਾਂ ਨੂੰ ਪਤਾ ਆ ਉਹ ਫ੍ਰੀ ਦੇ ਲਾਲਚ ਵਿੱਚ ਆ ਕੇ ਉਹਨਾਂ ਨੇ ਉਸ ਪਾਰਟੀ ਨੂੰ ਨਹੀਂ ਜਿਤਾਇਆ, ਸਮਾਜਵਾਦੀ ਪਾਰਟੀ ਨੂੰ ਉਹਨਾਂ ਫ੍ਰੀ ਦੇ ਲਾਲਚ ਵਿੱਚ ਨਹੀਂ ਜਿਤਾਇਆ, ਉਹਨਾਂ ਨੇ ਹਰ ਚੀਜ਼ ਦੀ ਪੜਚੋਲ ਕੀਤੀ ਹੈ। ਸੋ ਹੁਣ ਬੀਜੇਪੀ ਨੇ ਕੀ ਹੱਲ ਲੱਭਿਆ ਕਿ ਦੇਖੋ ਕਿਉਂਕਿ ਦੂਜੀਆਂ ਪਾਰਟੀਆਂ ਫ੍ਰੀ ਦੇ ਰਹੀਆਂ ਜੀ, ਅਗਰ ਇਹ ਫ੍ਰੀ ਨਹੀਂ ਦਿੰਦੇ ਉਸ ਢੰਗ ਨਾਲ ਸਹੂਲਤ ਨਹੀਂ ਦਿੰਦੇ ਤੇ ਫਿਰ ਇਹ ਕਹਿਣਗੇ ਜੀ ਅਸੀਂ ਤਾਂ ਬਿਲਕੁਲ ਨਹੀਂ, ਹਰ ਚੀਜ਼ ਦੀ ਮੁੱਲ ਲੈਣੀ ਪਊਗੀ ਤੇ ਹੋ ਸਕਦਾ ਇਹਨਾਂ ਦੇ ਵੋਟਾਂ ਤੇ ਅਸਰ ਪੈ ਵੀ ਜਾਵੇ, ਪਰ ਇਸ ਕਰਕੇ ਇਹਨਾਂ ਵਿਚਕਾਰਲਾ ਰਸਤਾ ਜਿਹੜਾ ਕੱਢਣ ਦੀ ਕੋਸ਼ਿਸ਼ ਚੱਲ ਰਹੀ ਆ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੁਦ ਬਿਆਨ ਦੇ ਚੁੱਕੇ ਨੇ ਕਿ ਜਿਹੜੀ ਇਹ ਫ੍ਰੀ ਵੀਜ਼ਾ ਹੈ ਇਹ ਜਿਹੜੀਆਂ ਵਾਰ ਵਾਰ ਰਿਉੜੀਆਂ ਵੰਡੀਆਂ ਜਾ ਰਹੀਆਂ ਆਪਣਿਆਂ ਨੂੰ ਰਿਉੜੀਆਂ ਵੰਡਣ ਦਾ ਆ, ਔਰ ਮੈਂ ਤਾਂ ਇਹ ਕਹਿੰਦਾ ਇਹ ਸਾਰਿਆਂ ਨੂੰ ਆਪਣੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਰਿਸ਼ਵਤ ਇੱਕ ਤਰੀਕੇ ਨਾਲ ਇਹਨੂੰ ਰਿਸ਼ਵਤ ਦੀ ਸ਼੍ਰੇਣੀ ਵਿੱਚ ਲਿਆਉਣਾ ਬਣਦਾ ਆ। ਜੇ ਬਚਣਾ ਆ ਇਸ ਚੀਜ਼ ਤੋਂ ਤਾਂ ਅਸੀਂ ਸਿਰਫ ਸਿਆਸੀ ਪਾਰਟੀਆਂ ਉੱਤੇ ਇਕੱਲਾ ਇਲਜ਼ਾਮ ਦੇ ਕੇ ਕਿ ਸਿਆਸੀ ਪਾਰਟੀਆਂ ਜੀ ਸਾਨੂੰ ਇਸ ਤਰ੍ਹਾਂ ਸਾਡੇ ਨਾਲ ਧੋਖਾ ਕਰਦੀਆਂ, ਸਾਨੂੰ ਬਲੈਕਮੇਲ ਕਰਦੀਆਂ, ਇਹਦੇ ਨਾਲ ਸਾਡਾ ਨਹੀਂ ਸਰਨਾ। ਹੁਣ ਪੰਜਾਬੀਆਂ ਨੂੰ ਵੀ ਇਹ ਜਿਹੜਾ ਹੁਣ ਬੀਜੇਪੀ ਨੇ ਸ਼ੁਰੂਆਤ ਕੀਤੀ ਹੈ ਨਾ, ਇਹਨੂੰ ਇਹਦਾ ਰਿਜ਼ਲਟ ਦੇਖਣਾ ਪਏਗਾ ਸਾਨੂੰ ਕਿ ਆਉਂਦਾ। ਉਮੀਦ ਹੈ ਕਿ ਇੰਨਾ ਨੈਗੇਟਿਵ ਇਫੈਕਟ ਨਹੀਂ ਪਏਗਾ, ਕਿਉਂਕਿ ਉਹਨਾਂ ਰਸਤਾ ਉਹ ਕੱਢਿਆ ਜੇ ਲੈਪਟਾਪ ਦੇਣੇ ਨੇ ਤੇ ਉਹਦੀਆਂ ਕਿਸ਼ਤਾਂ ਹੋ ਜਾਣਗੀਆਂ, ਲੰਬੀਆਂ ਕਿਸ਼ਤਾਂ ਹੋ ਜਾਣਗੀਆਂ। ਹੁਣ ਆਪਾਂ ਇਹ ਵੀ ਕਹਿ ਸਕਦੇ ਦੇਣ ਨੂੰ ਕੰਪਨੀਆਂ ਵੀ ਦਿੰਦੀਆਂ ਨੇ ਜੇ ਲੈਪਟਾਪ ਲੈ ਲਓ। ਗੱਲ ਕਰਨ ਲੱਗੀ ਸੀ ਸੰਧੂ ਜੀ ਕਿ ਕੰਪਨੀਆਂ ਵੀ ਤਾਂ ਕਿਸ਼ਤਾਂ ਤੇ ਚੀਜ਼ਾਂ ਦਿੰਦੀਆਂ ਨੇ, ਅਮੇ ਜੀ ਤੁਸੀਂ ਇਸ ਗੱਲ ਦਾ ਜਵਾਬ ਦਿਓ, ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਕੰਪਨੀਆਂ ਵੀ ਨੇ ਜਿਨ੍ਹਾਂ ਦੇ ਉੱਤੇ ਲੋਕ ਇਨਸਟਾਲਮੈਂਟਸ ਤੇ ਚੀਜ਼ਾਂ ਲੈਂਦੇ ਨੇ, ਬਹੁਤ ਸਾਰੇ ਲੋਕ
फ्रिज लैना होवे, कुछ भी लैना होवे, लोग बाहर प्राइवेट कंपनीज कुछ इस तरह दियां ने जिहड़ियां कि जीरो इन्वेस्टमेंट दे उत्ते भी लोगों नूं इंस्टॉलमेंट्स दिंदियां ने, तां फिर सवाल आंदा है कि की पोलिटिकल पार्टी दे इस गल दे विच ते ओह कंपनी जिहड़ियां कंपनियां ने उहनां दे विच की फायदा हो सकदा। मैडम इस तरह है, अज तो 20 साल पिछे चले जाइए, पंजाब जा कह लो इंडिया, टोटल इंडिया दे विच भी कोई भी इंस्टॉलमेंट वाला सिस्टम नहीं हुंदा सी, सिर्फ एक घरां दे लोन हो रहे थे पहले समय दे विच, जिहड़ियां मतलब प्राइवेट सैक्टर दे विच जिहड़ियां आपां हाउस होल्ड चीजा आ जां होर जिहड़ियां डेली यूज दे चीजा दे विच इंस्टॉलमेंट्स नहीं हुंदियां सीगियां, जां जिहड़े अपना सर्विस अपलायंसिस जां घरां दे विच यूज करदे इन्हां दे विच भी इह चीजां नहीं हुंदियां सीगियां, जां ना टू व्हीलर्स दे विच ऑप्शनस हुंदियां सीगियां। ये चीज मतलब तुम एक कंट्री सुने होना फिलीपींस मनीला जिसे आप कह रहे जी राजधानी मनीला आ, उत्थे हर चीज कपड़े तक मतलब इंस्टॉलमेंट के लोग खरीदते हैं, अपने पंजाबी जाके उत्थे ज्यादा बिजनेस करते हैं, वो चीज उधरों इधर आ गई है, चलो वधिया आ, खैर मतलब फ्री नालों चंगा आ, मतलब इंस्टॉलमेंट से अगला ले लवे उहदा जिहड़ा इंट्रस्ट भी पे करना बनता है पे कर रहे लोग, उहदे नाल कंज्यूमर नूं भी सौख हो जाती है, पर इन्हां नूं भी सौख हो जाती, पर आ जिहड़ा फ्री वाला सिस्टम है वोट बैंक का वो देश लई खतरनाक आ। ਇਹਦੇ ਨਾਲ ਚੰਗਾ ਹੈ ਵੀ ਜਿਹੜੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ, ਮੈਂ ਕਿਸੇ ਸਿਆਸੀ ਪਾਰਟੀ ਦਾ ਸਪੈਸ਼ਲੀ ਨਾਮ ਨਹੀਂ ਲੈਂਦਾ, ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਨੂੰ ਚਾਹੀਦਾ ਵਾ ਮਤਲਬ ਕੋਈ ਇੰਸਟਾਲਮੈਂਟ ਵਾਲਾ ਸਿਸਟਮ ਹੋ ਜਾਵੇ, ਪਰ ਆ ਫ੍ਰੀ ਜਿਹੜਾ ਫ੍ਰੀ ਦੇ ਕੇ ਮੁਲਕ ਨੂੰ ਵੋਟਾਂ ਦੇ ਚੱਕਰ ਦੇ ਵਿੱਚ ਰਾਜਨੀਤੀ ਦੇ ਚੱਕਰ ਦੇ ਵਿੱਚ ਥੱਲੇ ਲਾਉਣਾ, ਉਹ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸਤੀ ਵੀ ਸ਼੍ਰੀਲੰਕਾ ਦੀ ਐਗਜ਼ਾਮਪਲ ਹੈ, ਸ਼੍ਰੀਲੰਕਾ ਤਬਾਹ ਹੋ ਗਿਆ, ਜਿਹੜਾ ਟੂਰਿਸਟ ਡੈਸਟੀਨੇਸ਼ਨ ਸੀਗਾ ਵਧੀਆ ਸਿਸਟਮ ਸੀਗਾ ਉਹਨਾਂ ਦਾ, ਪਰ ਇਸ ਵੇਲੇ ਦਾ ਜੋ ਦਾਣੇ ਦਾਣੇ ਨੂੰ ਮੁਹਤਾਜ ਆ, ਦੁਨੀਆਂ ਦੇ ਮੂਹਰੇ ਭੀਖ ਮੰਗ ਰਿਹਾ ਵਾ, ਉਹਨਾਂ ਦਾ ਜਿਹੜਾ ਹਮਨ ਟੋਟਾ ਟਾਪੂ ਆ ਉਹ ਚਾਈਨਾ ਵੱਲੋਂ ਕਿਰਾਏ ਤੇ ਲੈ ਲਿਆ ਗਿਆ ਸੀਗਾ, ਤੇ ਇਸ ਵੇਲੇ ਉਹ ਤਕਰੀਬਨ ਮਾਲਕੀ ਦੀ ਤਿਆਰੀ ਕਰ ਰਹੇ ਆ, ਮਤਲਬ ਇਹ ਆਉਣ ਵਾਲੇ ਸਮੇਂ ਵਿੱਚ ਚੀਜ਼ਾਂ ਘੱਟ ਹੋ ਸਕਦੀਆਂ, ਸਾਡਾ ਚਲੋ ਸਾਡੀ ਜਿਹੜੀ ਫੋਰਨ ਰਿਜ਼ਰਵ ਸਾਡੇ ਕੋਲ ਕਾਫੀ ਪਏ ਆ, ਨੀਅਰ ਅਬਾਊਟ 650 ਬਿਲੀਅਨ ਡਾਲਰ ਦੇ ਨੀਅਰ ਅਬਾਊਟ ਸਾਡੇ ਕੋਲ ਪਏ ਆ, ਪਰ ਚਾਹੇ ਸਾਡੇ ਕੰਟਰੀ ਉੱਤੇ ਮਤਲਬ ਇੰਟਰਨੈਸ਼ਨਲ ਮੋਨੀਟਰੀ ਫੰਡ ਦਾ ਕਰਜ਼ਾ ਵੀ ਹੋਊਗਾ, ਪਰ ਉਹਦੇ ਬਿਹਾਫ ਤੇ ਆਪਾਂ ਜੇ ਦੇਖੀਏ ਤਾਂ ਸਾਡੇ ਕੋਲ ਇੰਨੇ ਕੁ ਸਫੀਸ਼ੈਂਟ 650 ਦੇ ਨੀਅਰ ਅਬਾਊਟ ਫੋਰਨ ਰਿਜ਼ਰਵ ਜਿਹੜੇ ਪਏ ਆ, ਸਾਨੂੰ ਆਉਣ ਵਾਲੇ ਜਿਹੜੇ 2024-25 ਤੱਕ 3-5 ਟ੍ਰਿਲੀਅਨ ਦੀ ਇਕੋਨਮੀ, ਅਸੀਂ 3 ਟ੍ਰਿਲੀਅਨ ਦੀ ਆਲਰੇਡੀ ਬਣ ਗਏ ਹਾਂ, ਅਸੀਂ ਫਰਾਂਸ ਨੂੰ ਵੀ ਪਿੱਛੇ ਛੱਡਤਾ, ਕੈਨੇਡਾ ਨੂੰ ਵੀ ਪਿੱਛੇ ਛੱਡਤਾ ਆ, ਤੇ ਮਤਲਬ ਨੈਕਸਟ ਕਮਿੰਗ ਈਅਰਸ ਦੇ ਵਿੱਚ ਅਸੀਂ 2 ਸਾਲਾਂ ਦੇ ਵਿੱਚ ਅਸੀਂ 5 ਟ੍ਰਿਲੀਅਨ ਦੀ ਇਕੋਨਮੀ ਬਣ ਜਾਵਾਂਗੇ, ਉਹ ਦੁਨੀਆਂ ਦੇ 3 ਨੰਬਰ ਤੇ ਆ ਜਾਵਾਂਗੇ, 4 ਨੰਬਰ ਤੇ, 5ਵੇਂ ਨੰਬਰ ਤੇ ਅਸੀਂ ਆ ਚੁੱਕੇ ਹਾਂ ਫਾਈਨੈਂਸ਼ਲੀ, ਮਤਲਬ ਜਿਹੜਾ ਫ੍ਰੀ ਵਾਲਾ ਸਿਸਟਮ ਆ, ਫ੍ਰੀ ਵਾਲਾ ਸਿਸਟਮ ਕਿਤੇ ਨਾ ਕਿਤੇ ਦੇਸ਼ ਲਈ ਮਤਲਬ ਇੱਕ ਸਟੇਟ ਨੂੰ ਲੈ ਕੇ ਜੇ ਸਾਰੀਆਂ ਸਟੇਟਾਂ ਇਹ ਕੰਮ ਕਰਨ ਲੱਗ ਪੈਣ ਤਾਂ ਦੇਸ਼ ਲਈ ਖਤਰਨਾਕ ਹੋ ਜਾਊਗਾ ਕੰਮ। ਜੀ ਸੰਧੂ ਸਰ ਕੀ ਟਿੱਪਣੀ ਹੈ ਤੁਹਾਡੀ? ਗੱਲ ਬਿਲਕੁਲ ਠੀਕ ਹੈ ਰਹੀ ਜੀ, ਲੇਕਿਨ ਸਾਡੀ ਚਿੰਤਾ ਜਿਹੜੀ ਹੈ ਮੈਨੂੰ ਲੱਗਦਾ ਪੂਰੇ ਭਾਰਤ ਦੇਸ਼ ਨਾਲੋਂ ਪੰਜਾਬ ਦੀ ਸਭ ਤੋਂ ਜ਼ਿਆਦਾ ਹੈ। ਪੰਜਾਬ ਬਾਰਡਰ ਸਟੇਟ ਹੈ ਔਰ ਇੱਥੋਂ ਦੇ ਲੋਕ ਅਸੀਂ ਭੋਲੇ ਵੀ ਬਹੁਤ ਹਾਂ, ਪਰ ਨਾਲ ਦੀ ਨਾਲ ਅਸੀਂ ਦਿਖਾਵੇਬਾਜ਼ ਵੀ ਬਹੁਤ ਹੈ। ਜੇ ਫੁਕਰਾ ਸ਼ਬਦ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਫੁਕਰਾ ਇੱਕ ਸਮਾਨਾਰਥੀ ਸ਼ਬਦ ਜਿਹੜਾ ਹੁੰਦਾ ਜਾ ਰਿਹਾ ਇੱਕ ਆ ਪੰਜਾਬੀ ਵਿਅਕਤੀ, ਪਿਛਲੇ ਦਿਨੀ ਹਿਮਾਚਲ ਜਾਣ ਦਾ ਮੌਕਾ ਮਿਲਿਆ ਤੇ ਪਤਾ ਲੱਗਾ ਕਿ ਉਹ ਲੋਕ ਜਿਹੜੇ ਨੇ ਜਿਹੜੇ ਪੰਜਾਬੀ ਨੇ, ਖਾਸ ਤੌਰ ਤੇ ਕੁਛ ਇਲਾਕੇ ਇਹੋ ਜਿਹੇ ਵੀ ਨੇ, ਅੱਗੇ ਸੁਣਿਆ ਜਾਂਦਾ ਸੀਗਾ ਕਿ ਅੰਗਰੇਜ਼ ਦੇ ਰਾਜ ਵਿੱਚ ਲਿਖਿਆ ਹੋਇਆ ਸੀ ਇੱਥੇ ਇੰਡੀਅਨਸ ਦਾ ਤੇ ਕੁੱਤਿਆਂ ਦਾ ਆਉਣਾ ਮਨਾ ਹੈ, ਤੇ ਮੈਨੂੰ ਲੱਗਦਾ ਹੁਣ ਵੀ ਇੱਥੇ ਮਨਾਲੀ ਪੁਰਾਣਾ ਮਨਾਲੀ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੇ ਉੱਥੇ ਪੰਜਾਬੀਆਂ ਦਾ ਆਉਣਾ ਮਨਾ ਹੈ ਉਸ ਖੇਤਰ ਦੇ ਵਿੱਚ, ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਜਿਹੜੇ ਪੰਜਾਬੀ ਨੌਜਵਾਨ ਜਾਂਦੇ ਨੇ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਘੱਟ ਬਣਾਇਆ, ਦਿਖਾਵੇਬਾਜ਼ ਜ਼ਿਆਦਾ ਬਣਾਇਆ, ਉਹਨਾਂ ਨੂੰ ਵਸਤਾਂ ਅਸੀਂ ਸਹੂਲਤਾਂ ਤੇ ਲੈ ਕੇ ਦਿੱਤੀਆਂ, ਪਰ ਨਾਲ ਦੇ ਨਾਲ ਅਸੀਂ ਉਹ ਉਹਨਾਂ ਲਈ ਜਾਣਕਾਰੀ, ਉਹ ਉਹਨਾਂ ਲਈ ਜਿਹੜੇ ਆਪਣੇ ਸੱਭਿਆਚਾਰ ਕਦਰਾਂ ਕੀਮਤਾਂ ਨੇ, ਸਾਡੀ ਡੀਲਿੰਗ ਕਿਹੋ ਜਿਹੀ ਦੂਜਿਆਂ ਦੇ ਨਾਲ ਚਾਹੀਦੀ ਹੈ, ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਮਾਪੇ ਸਾਡੇ ਉਹ ਕੰਮ ਨਹੀਂ ਕਰ ਪਾਏ। ਔਰ ਬਲਦੀ ਉੱਤੇ ਤੇਲ ਦਾ ਜਿਹੜਾ ਕੰਮ ਆ ਉਹ ਸਾਡੇ ਕੁਝ ਜਿਹੜੇ ਵੱਖਵਾਦੀ ਗੱਲਾਂ ਕਰਨ ਵਾਲੇ ਜਿਹੜੇ ਕਹਿੰਦੇ ਇੱਥੇ ਹੈ ਨਹੀਂ ਕੁਛ ਵੀ, ਪੰਜਾਬ 'ਚ ਹੈ ਨਹੀਂ ਕੁਛ ਵੀ, ਉਹ ਲੋਕ ਵੀ ਨੇ। ਉੱਤੋਂ ਫ੍ਰੀ ਚੀਜ਼ਾਂ ਦੇਣ ਵਾਲੀਆਂ ਸਿਆਸੀ ਪਾਰਟੀਆਂ ਆ ਗਈਆਂ ਨੇ ਜਿਹੜੀਆਂ ਕਿ ਕਹਿੰਦੀਆਂ ਵੀ ਤੁਸੀਂ ਫ੍ਰੀ ਲਓ ਜੀ ਸਭ ਕੁਛ, ਫ੍ਰੀ ਜਿਹਨੂੰ ਦਿੱਤਾ ਉਹਨੂੰ ਮੁੱਲ ਖਰੀਦ ਲਿਆ, ਉਹਦੇ ਉਹਦੀ ਫਿਰ ਆਪਣੀ ਕੋਈ ਹੋਂਦ ਨਹੀਂ ਰਹਿ ਜਾਂਦੀ। ਵੋਟਾਂ ਜਦੋਂ ਅਸੀਂ ਵੋਟਾਂ ਹੀ ਪਾਣੀਆਂ ਸ਼ੁਰੂ ਕਰਤੀਆਂ ਫ੍ਰੀ ਲਈ, ਫਿਰ ਅਸੀਂ ਕਦੋਂ ਇਹ ਉਮੀਦ ਕਰ ਸਕਾਂਗੇ ਕਿ ਅਸੀਂ ਜਿਹੜੇ ਟੈਕਸ ਪੇਅਰ ਨੇ ਉਹਨਾਂ ਦੀ ਗਿਣਤੀ ਵਧਾ ਸਕਾਂਗੇ? ਹੁਣ ਅੱਜ ਗੱਲ ਕਰਦੇ ਹਾਂ, ਮੰਨ ਲਓ ਅੱਜ ਦੀ ਗੱਲ ਹੈ, ਆਪਾਂ ਗੱਲ ਕਹਿੰਦੇ ਜੀ ਖਾਲਸਾ ਚਾਹੀਦਾ ਖਾਲਸਾ, ਇਹ ਦੁਬਾਰਾ ਵੀ ਉਹਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਜੀ, ਬੈਨਰ ਲੱਗਣੇ ਸ਼ੁਰੂ ਹੋ ਗਏ। ਅੱਛਾ ਮੰਨ ਲਓ ਮੈਂ ਕਹਿੰਦਾ ਇੱਕ ਮਿੰਟ ਲਈ ਅੱਜ ਹੀ ਮੰਨ ਲਿਆ ਜਾਵੇ, ਅੱਜ ਹੀ ਨਰਿੰਦਰ ਮੋਦੀ ਜਾਂ ਭਾਰਤ ਸਰਕਾਰ ਐਲਾਨ ਕਰਦੀ ਵੀ ਠੀਕ ਹੈ ਜੀ ਅਸੀਂ ਪੰਜਾਬ ਨੂੰ ਫ੍ਰੀ ਕਰਤਾ, ਤੁਸੀਂ ਇਹ ਦੱਸੋ ਪੰਜਾਬ ਆਪਣੀਆਂ ਲੱਤਾਂ ਤੇ ਖੜਾ ਹੋਣ ਜੋਗਾ ਹੈ? ਸਭ ਤੋਂ ਵੱਡਾ ਸਵਾਲ ਹੈ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਇੱਥੋਂ ਦੀਆਂ ਸਿਆਸੀ ਪਾਰਟੀਆਂ ਦੀਆਂ ਗਲਤ ਨੀਤੀਆਂ ਦੇ ਮੱਦੇਨਜ਼ਰ, ਔਰ ਜਿਹੜੀ ਨਵੀਂ ਹੁਣ ਅਸੀਂ ਸਹੇੜ ਲਈ ਆਪਣੇ ਸਿਰ ਦੇ ਉੱਤੇ
ਉਹ ਉਸ ਕਰਜ਼ੇ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ, ਘਟਾਉਣ ਦਾ ਨਹੀਂ ਕਰ ਰਹੇ। ਔਰ ਵੱਡੀ ਗੱਲ ਇਹ ਹੈ, ਗੱਪ ਉਹ ਸਿਰ ਦੀ ਮਾਰਦੇ। ਮੈਂ ਕਹਿੰਦਾ ਹੁਣ ਤੱਕ ਸੁਖਬੀਰ ਬਾਦਲ ਨੇ ਲੋਕੀ ਗੱਪੀ ਕਹਿਣਾ ਸ਼ੁਰੂ ਕਰਤਾ ਸੀ, ਕਿਉਂਕਿ ਉਹਨਾਂ ਤੇ ਗੱਲ ਕਹੀ ਅਸੀਂ ਮੋਟੀਆਂ ਮੋਟੀਆਂ ਸੜਕਾਂ ਬਣਾਵਾਂਗੇ ਜਿਹੜੀਆਂ ਬੰਬ ਮਾਰ ਨਾਲ ਨਹੀਂ ਉੱਡਣਗੀਆਂ। ਉਹ ਤਾਂ ਕਿਤੇ ਨਾ ਕਿਤੇ ਅੱਜ ਸੱਚਾਈ ਸਾਹਮਣੇ ਨਜ਼ਰ ਆਈ ਵੀ ਸੱਚਮੁੱਚ ਬੜੀਆਂ ਮੋਟੀਆਂ ਸੜਕਾਂ ਬਣਾਈਆਂ ਸੀ। ਪਰ ਮੈਨੂੰ ਲੱਗਦਾ ਜਿਹੜੇ ਅਸਲੀ ਗੱਪੀ ਨੇ, ਜਿਹੜੇ ਅੱਜ ਕਹਿ ਰਹੇ ਕਿ ਅਮੈਰੀਕਾ ਸਾਡੇ ਕੋਲੋਂ ਆਈਡੀਆ ਲੈ ਰਿਹਾ ਜੀ ਵੀ ਦਿੱਲੀ ਵਿੱਚ ਜਿਹੜੇ ਤੁਸੀਂ ਮੁਹੱਲਾ ਕਲੀਨਿਕ ਬਣਾਏ ਜਿਹੜੇ ਅਸੀਂ ਪੰਜਾਬ 'ਚ ਬਣਾਉਣ ਜਾ ਰਹੇ, ਅਮੈਰੀਕਾ ਸਾਡੇ ਕੋਲ ਆਈਡੀਆ ਮੰਗਦਾ ਵੀ ਅਸੀਂ ਘਰ ਕਰਕੇ ਵੇਲ ਚੀਜ਼ਾਂ ਨੂੰ ਪਹੁੰਚਾ ਦਈਏ। ਔਰ ਅਮੈਰੀਕਾ ਜੇ ਤੁਹਾਡੇ ਕੋਲ ਮੰਗਦਾ ਹੋਵੇ, ਜੇ ਤੁਸੀਂ ਇੰਨੇ ਯੋਗੇ ਹੋਵੋ ਤੇ ਅੱਜ ਸਾਡੇ ਜਿਹੜੇ ਲੋਕੀ ਡੌਂਕੀਆਂ ਲਾ ਲਾ ਕੇ ਜਾ ਕੇ ਜਿਹੜੇ ਮਰਦੇ ਜਾਂਦੇ ਨੌਜਵਾਨ, ਉਹ ਨਾ ਮਰਨਾ। ਇਹਦਾ ਮਤਲਬ ਇਹ ਹੈ ਕਿ ਤੁਹਾਡੀ ਕਹਿਣੀ ਔਰ ਕਰਨੀ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਇਹੀ ਕਾਰਨ ਹੈ ਕਿ ਇਹਦਾ ਜਿਹੜਾ ਫਰਜ਼ ਬਣਦਾ ਨਾ ਸਾਨੂੰ ਪੰਜਾਬੀਆਂ ਨੂੰ, ਮਾਂ ਬਾਪ ਨੂੰ ਔਰ ਸਾਨੂੰ ਹਰ ਇੱਕ ਵਿਅਕਤੀ ਨੂੰ, ਜਿੱਥੇ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਵੱਖ ਵੱਖ ਚੀਜ਼ਾਂ ਨੇ ਉਹਨਾਂ ਨੂੰ ਭਾਂਪਣਾ ਪਏਗਾ, ਜਿੱਥੇ ਸਾਨੂੰ ਇਹਨਾਂ ਦੀਆਂ ਨੀਤੀਆਂ ਨੂੰ ਦੇਖਣਾ ਪਏਗਾ, ਉੱਥੇ ਸਾਨੂੰ ਇਹ ਵੀ ਚੋਣ ਕਰਨੀ ਪਊਗੀ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪਾਰਟੀ ਬਹੁਤ ਚੰਗੀ ਹੈ, ਪਰ ਮੈਂ ਇਹ ਗੱਲ ਕਹਿੰਦਾ ਵੀ ਜਿਹੜੀ ਜਿੰਨੀਆਂ ਪਾਰਟੀਆਂ, ਜੇ 10 ਪਾਰਟੀਆਂ ਨੇ, 4 ਪਾਰਟੀਆਂ ਨੇ, 6 ਪਾਰਟੀਆਂ ਨੇ, ਉਹ 'ਚ ਅਸੀਂ ਇਹ ਫੈਸਲਾ ਕਰ ਸਕਦੇ ਕਿਹੜੀ ਘੱਟ ਖਰਾਬ ਹੈ ਪਾਰਟੀ। ਅਸੀਂ ਘੱਟੋ ਘੱਟ ਘੱਟ ਖਰਾਬ ਪਾਰਟੀ ਨੂੰ ਤਾਂ ਚੁਣ ਹੀ ਸਕਦੇ ਨਾ ਇੰਡੀਆ 'ਚ। ਜੇ ਅਸੀਂ ਹੋਰ ਨਹੀਂ ਕਰ ਸਕਦੇ, ਜੇ ਅਸੀਂ ਬਹੁਤ ਵਧੀਆ ਪਾਰਟੀ ਨਹੀਂ ਸਾਨੂੰ ਕੋਈ ਪਸੰਦ ਦੀ, ਉਹ ਪਾਰਟੀ ਚੁਣੀਏ ਜਿਹੜੀ ਸਾਨੂੰ ਥੋੜ੍ਹੀ ਜਿਹੀ ਪ੍ਰੈਕਟੀਕਲ ਦੇ ਨੇੜੇ ਲੈ ਕੇ ਆਉਣ। ਔਰ ਮੈਨੂੰ ਖੁਸ਼ੀ ਹੈ ਕਿ ਬੀਜੇਪੀ ਨੇ ਇਹ ਪਹਿਲ ਕੀਤੀ ਆ, ਆਹ ਦਾ ਨਾਰਾ ਤਾਂ ਮਾਰਿਆ, ਉਹਨੇ ਕੋਈ ਉਮੀਦ ਤੇ ਜਗਾਈ ਨਾ ਕਿ ਮੈਂ ਵੀ ਫ੍ਰੀ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਕਰੂੰ। ਇਹਦਾ ਮਤਲਬ ਕੀ ਹੈ ਕਿ ਜਿਵੇਂ ਵਿਦੇਸ਼ਾਂ 'ਚ ਮੈਨੂੰ ਇਹ ਲੱਗਦਾ ਜਿਹੜੇ ਮੁਲਕਾਂ ਨੂੰ ਅਸੀਂ ਭੱਜਦੇ ਹਾਂ ਸਾਨੂੰ ਉਹਨਾਂ ਦਾ ਪੈਟਰਨ ਹੀ ਫੋਲੋ ਕਰਨਾ ਪਏਗਾ। ਜੀ ਬਿਲਕੁਲ। ਸਾਡੇ ਨੌਜਵਾਨ ਕੀ ਕਹਿੰਦੇ, ਕੋਈ ਨਹੀਂ ਚਾਹੁੰਦਾ, ਕਿਸਾਨ ਵੀ ਨਹੀਂ ਚਾਹੁੰਦਾ ਕਿ ਮੈਨੂੰ ਫ੍ਰੀ ਬਿਜਲੀ ਮਿਲੇ। ਬਹੁਤ ਸਾਰੇ ਕਿਸਾਨਾਂ ਨਾਲ ਸਾਡੀ ਗੱਲ ਹੁੰਦੀ ਹੈ, ਕੋਈ ਕਿਸਾਨ ਨਹੀਂ ਚਾਹੁੰਦਾ ਕਿ ਫ੍ਰੀ ਬਿਜਲੀ ਮਿਲੇ, ਔਰ ਘਰੇਲੂ ਵੀ ਕੋਈ ਨਹੀਂ ਚਾਹੁੰਦਾ ਮੈਨੂੰ ਫ੍ਰੀ ਮਿਲੇ, ਉਹ ਕਹਿੰਦਾ ਮੈਨੂੰ ਵਾਜਬ ਰੇਟ ਤੇ ਮਿਲੇ। ਤੇ ਇਹ ਕੀ ਤਰੀਕਾ ਹੋਇਆ ਸਾਡੀਆਂ ਸਰਕਾਰਾਂ ਦਾ ਵੀ, ਕੁਝ ਲੋਕਾਂ ਨੂੰ ਅਸੀਂ ਫ੍ਰੀ ਦੇਵਾਂਗੇ, ਕੁਝ ਲੋਕਾਂ ਨੂੰ ਅਸੀਂ ਜਿਹੜੀ ਆ ਉਹ ਕੀਮਤ ਵਧਾ ਦਾਂਗੇ। ਜੀ ਬਿਲਕੁਲ, ਪਹਿਲਾਂ ਇਹ ਹੋਇਆ ਸੀ ਕਿ ਸਭ ਨੂੰ ਫ੍ਰੀ ਦਿੱਤੀ ਜਾਏਗੀ, ਔਰ ਬਾਅਦ ਵਿੱਚ ਕਈ ਵਰਗਾਂ ਦੇ ਵਿੱਚ ਡਿਵਾਈਡ ਹੋ ਚੁੱਕੀ ਹੈ, ਔਰ ਇਹਨੂੰ ਲੈ ਕੇ ਵੀ ਲੋਕ ਜਿਹੜੇ ਪੰਜਾਬ ਦੇ ਸੇਲ ਕਾਫੀ ਨਿਰਾਸ਼ ਨੇ। ਇਹਦੇ 'ਚ ਇੱਕ ਹੋਰ ਤਰਾਸਦੀ ਹੈ ਜੀ, ਕਿ ਨਵੀਂ ਗੱਲ ਇਹ ਹੈ ਵੀ ਜੇ ਤੁਸੀਂ ਟੈਕਸ ਪੇਅਰ ਹੈਗੇ ਹੋ ਜੀ, ਫਿਰ ਤੁਹਾਨੂੰ 600 ਯੂਨਿਟ ਤੋਂ ਬਾਅਦ ਜਿਹੜੀ ਆ ਤੁਹਾਨੂੰ ਤੁਹਾਡੀ ਗੱਲ ਤੇ ਐਡ ਕਰਨੀ ਕੋਈ ਚਾਹਣਾ ਗੱਲ ਮੈਂ ਮਤਲਬ ਜੀ ਅਮਿਤ ਜੀ ਗੁਨਾਹ ਹੋ ਗਿਆ ਜੀ ਅਮਿਤ ਜੀ ਕਰ ਸਕਦੇ ਹੋ ਐਡ ਜੀ ਜੀ ਮੈਂ ਜੀ ਕਹਿੰਦਾ ਸੀਗਾ ਪੰਜਾਬੀ ਕੌਮ ਦੁਨੀਆਂ ਦੇ ਵਿੱਚ ਉਹ ਕੌਮ ਸੀ ਜਿਹੜੀ ਲੋਕਾਂ ਨੂੰ ਕੋਲੋਂ ਦਿੰਦੀ ਹੁੰਦੀ ਸੀ ਵੀ ਅਸੀਂ ਮਤਲਬ ਦਾਨ ਕਰਨ ਵਾਲੀ ਕੌਮ ਸੀ ਜੀ। ਇਹਨਾਂ ਲੀਡਰਸ਼ਿਪ, ਮਾੜੀਆਂ ਲੀਡਰਸ਼ਿਪ ਨੇ ਪਿਛਲੇ 70 ਸਾਲ ਦੇ ਵਿੱਚ ਪੰਜਾਬੀਆਂ ਨੂੰ ਵਿਦੇਸ਼ਾਂ ਨੂੰ ਜਾਣ ਨੂੰ ਮਜਬੂਰ ਕਰ ਦਿੱਤਾ, ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਤੇ ਲਾ ਕੇ ਸਾਨੂੰ ਮਜਬੂਰ ਕਰ ਦਿੱਤਾ, ਮੰਗ ਤੇ ਬਣਾ ਕੇ ਰੱਖ ਦਿੱਤਾ, ਸਾਨੂੰ ਆਟਾ ਦਾਲ ਸਕੀਮ ਲਾ ਦਿੱਤੀਆਂ ਜਿਹਦੇ ਨਾਲ ਲੋਕੀ ਕੰਮ ਤੋਂ ਵੀ ਵਿਹਲੜ ਹੋ ਕੇ ਬਹਿ ਗਏ, ਬੱਤੀਆਂ ਫ੍ਰੀ ਕਰ ਦਿੱਤੀਆਂ, ਕੰਮ ਨਹੀਂ ਕਰਦੇ ਲੋਕ, ਜੇ ਬੱਤੀਆਂ ਮੁੱਲ ਦੀਆਂ ਹੋਣ ਆਟਾ ਦਾਲ ਮਤਲਬ ਸਕੀਮ ਬਣ ਚੁੱਕੀ ਹੋਵੇ, ਉਹਦੇ ਫਾਇਦੇ ਜਿਹਨਾਂ ਨੂੰ ਮਿਲਣੇ ਚਾਹੀਦੇ ਉਹਨਾਂ ਨੂੰ ਨਾ ਮਿਲਣ, ਤੇ ਜਿਹਨਾਂ ਨੂੰ ਮਿਲਣੇ ਆ ਚਾਹੀਦੇ ਆ ਉਹਨਾਂ ਨੂੰ ਮਿਲਦੇ ਨਹੀਂ, ਇਹ ਚੀਜ਼ਾਂ ਦੇ ਮੱਕੜ ਜਾਲ ਦੇ ਵਿੱਚ ਸਾਡਾ ਸਮਾਜ ਫਸ ਗਿਆ, ਨਾ ਕੋਈ ਮਤਲਬ ਇੱਥੇ ਕੰਮ ਕਰਨ ਨੂੰ ਤਿਆਰ ਹੈ। ਜੇ ਇਹਨਾਂ ਨੂੰ ਕਹਿ ਦਈਏ ਇੱਥੇ ਵੀ ਕੋਈ ਜੋਬ ਕਰ ਲਓ, ਅਗਲੇ ਕਹਿੰਦੇ ਨਾ ਜੀ ਦੁਬਈ ਜਾਣਾ, ਅਸੀਂ ਯੂਰਪ ਜਾਣਾ, ਅਸੀਂ ਕੈਨੇਡਾ ਅਮਰੀਕਾ ਜਾਣਾ, ਇੱਥੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਕਿਉਂਕਿ ਸਭ ਕੁਝ ਫ੍ਰੀ ਮਿਲਦਾ। ਕੁਝ ਦੇਰ ਪਹਿਲਾਂ ਇੱਕ ਖਬਰ ਆਈ ਹੈ ਕਿ ਅਮਰੀਕਾ ਦੇ ਵਿੱਚ ਡੌਂਕੀ ਲਗਾ ਕੇ ਜਾ ਰਹੇ ਸਨ ਕੁਝ ਪ੍ਰਵਾਸੀ ਜਿਨ੍ਹਾਂ ਦੀ ਕਿਸ਼ਤੀ ਰਸਤੇ ਦੇ ਵਿੱਚ ਡੁੱਬ ਗਈ ਔਰ ਉਹ 17 ਪ੍ਰਵਾਸੀ ਜਿਹੜੇ ਨੇ ਉਹ ਮਰ ਗਏ ਨੇ। ਸੋ ਡੌਂਕੀਆਂ ਦੀ ਖਬਰ ਜਿਹੜੀ ਹੈ ਪੰਜਾਬ ਤੋਂ ਵੀ ਆਪਾਂ ਦੇਖ ਲਈਏ ਕਿ ਕਿੰਨੇ ਜ਼ਿਆਦਾ ਜਿਹੜੇ ਬੱਚੇ ਨੇ, ਵਿਦਿਆਰਥੀ ਨੇ ਡੌਂਕੀ ਲਗਾ ਕੇ ਜਾਂਦੇ ਨੇ ਅਮਰੀਕਾ, ਕਦੇ ਜੰਗਲਾਂ ਦੇ ਰਸਤੇ ਜਾਂਦੇ ਨੇ, ਕਦੇ ਸਮੁੰਦਰੀ ਰਸਤੇ ਜਾਂਦੇ ਨੇ। ਸੋ ਕੀ ਜ਼ਰੂਰਤ ਹੈ, ਜੇਕਰ ਉਹੀ ਕੰਮ ਅਸੀਂ ਇੱਥੇ ਕਰ ਲਈਏ ਤਾਂ ਕੀ ਅਸੀਂ ਆਪਣੇ ਲਈ ਰੋਟੀ ਜਿਹੜੀ ਹੈ ਨਹੀਂ ਕਮਾ ਪਾਵਾਂਗੇ? ਇੱਕ ਪੰਜਾਬੀ ਆਪਣਾ 40 ਲੱਖ ਰੁਪਇਆ ਦੇ ਕੇ ਇਸ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੀ ਡੌਂਕੀ ਲਗਾ ਕੇ ਇਲੀਗਲ ਤਰੀਕੇ ਨਾਲ ਐਂਟਰ ਹੋ ਰਿਹਾ, ਸਾਡੇ ਲੋਕ 40 ਲੱਖ ਇੱਥੇ ਇਨਵੈਸਟ ਕਰਨਾ ਕਿਉਂ ਨਹੀਂ ਚਾਹੁੰਦੇ? ਕਿਉਂਕਿ ਲੀਡਰਸ਼ਿਪ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਜੇ ਲੀਡਰਸ਼ਿਪ ਵਧੀਆ ਹੁੰਦੀ ਪੰਜਾਬ ਦੀ ਤਾਂ ਲੋਕੀ ਪੈਸੇ ਇੱਥੇ ਇਨਵੈਸਟ ਕਰਦੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਅਕਾਲੀ ਦਲ ਦੀ ਜਿਹੜੀ ਸਰਕਾਰ ਪਿੱਛੋਂ ਰਹੀ ਸੀ ਉਹਨਾਂ ਨੇ ਲੋਕਾਂ ਦੇ ਬਿਜ਼ਨਸ ਕੈਪਚਰ ਕਰਨੇ ਸ਼ੁਰੂ ਕਰ ਦਿੱਤੇ ਸੀ, ਲੋਕਾਂ ਦੇ ਬਿਜ਼ਨਸ ਦੇ ਵਿੱਚ ਹਿੱਸੇ ਪਾਉਣੇ ਸ਼ੁਰੂ ਕਰ ਦਿੱਤੇ ਸੀ। ਉਹਦੇ ਨਾਲ ਕੀ ਆ, ਜਿਹੜਾ ਵਪਾਰੀ ਵਰਗ ਸੀ ਤੰਗ ਹੋ ਕੇ ਪੰਜਾਬ ਛੱਡ ਕੇ ਉਹਨਾਂ ਨੇ ਆਪਣੇ ਜਿਹੜੀ ਇਨਵੈਸਟਮੈਂਟ ਸੀ ਯੂਪੀ ਬਿਹਾਰ ਦੇ ਵਿੱਚ ਕਰ ਲਈ, ਤੇ ਜਿਹੜੇ ਨੋਰਮਲ ਪੰਜਾਬੀ ਸੀਗੇ ਮਿਡਲ ਕਲਾਸ ਦੇ ਉਹਨਾਂ ਨੇ ਪ੍ਰਵਾਸ ਇੱਥੋਂ ਕਰਨਾ ਸ਼ੁਰੂ ਕਰ ਦਿੱਤਾ, ਉਹਦੀ ਦੇਣ ਆ ਅੱਜ ਜਿਹੜੀ ਪਿਛਲੀ ਮਾੜੀ ਲੀਡਰਸ਼ਿਪ ਰਹੀ ਆ ਉਹਦੇ ਕਰਕੇ ਪੰਜਾਬ ਦਾ ਜਿਹੜਾ ਵਰਗ ਆ ਸਾਡਾ ਪੰਜਾਬੀ ਜਿਹੜੇ ਮਤਲਬ ਆਪਾਂ ਮੂਲ ਪੰਜਾਬੀ ਜਿਹਨਾਂ ਨੂੰ ਕਹਿ ਦਈਏ ਉਹ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਹੋਰਾਂ ਸਟੇਟਾਂ ਵਿੱਚੋਂ ਆ ਕੇ ਪ੍ਰਵਾਸੀ ਪੰਜਾਬ ਦੇ ਵਿੱਚ ਪ੍ਰਵਾਸ ਕਰ ਰਹੇ ਆ, ਪੰਜਾਬ ਦਾ ਮਤਲਬ ਖਿੱਤਾ ਚੇਂਜ ਹੋ ਰਿਹਾ, ਡੈਮੋਗ੍ਰਾਫੀ ਚੇਂਜ ਹੋ ਰਹੀ ਆ, ਇਹ ਜਿਹੜੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਇੰਡਸਟਰੀ ਨਾ ਲੱਗਣੀ ਉਹ ਪੰਜਾਬ ਦੇ ਵਿੱਚ ਡੈਮੋਗ੍ਰਾਫਿਕ ਚੇਂਜਿਸ ਨੂੰ ਵੀ ਬੜਾਵਾ ਦੇ ਰਿਹਾ ਆ।
ਸੰਧੂ ਜੀ ਫਟਾਫਟ ਜਿਹੜੀ ਹੈ 2-3 ਮਿੰਟ ਦੇ ਅੰਦਰ ਇਹਨਾਂ ਦੀ ਜੋ ਗੱਲਬਾਤ ਹੈ ਉਹਦੀ ਟਿੱਪਣੀ ਦਿਓ ਕਿ ਆਪਾਂ ਆਪਣਾ ਪ੍ਰੋਗਰਾਮ ਇੱਥੇ ਹੁਣ ਖਤਮ ਕਰੀਏ ਕਿਉਂਕਿ ਸਮਾਂ ਸਾਡੇ ਕੋਲ ਹੋਰ ਜ਼ਿਆਦਾ ਨਹੀਂ ਹੈ ਜੀ ਜੀ ਬਿਲਕੁਲ ਇਹਨਾਂ ਨੇ ਜਿਹੜੀ ਉਹ ਦਰੁਸਤ ਗੱਲ ਕਹੀ ਹੈ ਡੈਮੋਗ੍ਰਾਫੀ ਜਿਹੜੀ ਚੇਂਜ ਹੋ ਰਹੀ ਹੈ ਔਰ ਮੈਂ ਤਾਂ ਇਹ ਗੱਲ ਕਹਾਂਗਾ ਜਿਹੜੇ ਪੰਜਾਬੀਆਂ ਦੀ ਜਿਹੜੀ ਰੋਲ ਨਸਲ ਆ ਨਸਲ ਹੀ ਖਤਮ ਹੋ ਰਹੀ ਹੈ ਤੁਸੀਂ ਇਹ ਦੇਖੋ ਜਿਹੜੇ ਇੱਥੋਂ ਵਿਦੇਸ਼ ਜਾ ਰਹੇ ਇੱਥੋਂ ਪੈਸਾ ਲੈ ਕੇ ਜਾ ਰਹੇ ਆ ਅਸੀਂ ਜ਼ਮੀਨ ਤੇ ਇੱਥੇ ਹੈ ਜ਼ਮੀਨ ਨੂੰ ਵੱਟ ਰਹੇ ਆ ਅਸੀਂ ਮਹਿੰਗੀ ਜ਼ਮੀਨ ਹੋ ਗਈ ਉਹਨੂੰ ਵੱਟ ਕੇ ਅਸੀਂ ਇੱਕੋ ਰੁਝਾਨ ਹੁੰਦਾ ਕਿ ਬਾਹਰ ਚਲ ਜਾਈਏ ਕਿਉਂ ਕਿਉਂਕਿ ਜਿਹੜੇ ਅਸੀਂ ਲੀਡਰ ਚੁਣੇ ਨੇ ਇੱਥੋਂ ਦੇ ਖੈਰਖਵਾਹ ਚੁਣੇ ਨੇ ਉਹ ਸਾਨੂੰ ਵਧੀਆ ਸਿਸਟਮ ਨਹੀਂ ਦੇਣਾ ਚਾਹੁੰਦੇ ਜਿਵੇਂ ਮੈਂ ਟੈਕਸ ਦੀ ਗੱਲ ਕਰ ਰਿਹਾ ਸੀ ਵੀ ਜੇ ਤੁਸੀਂ ਲਓ ਯਾਰ ਟੈਕਸ ਦਓ ਜੇ ਟੈਕਸ ਪੇਅਰ ਹੈ ਉਹਨੂੰ ਸਹੂਲਤਾਂ ਦਿਓ ਤੇ ਆਪਣੇ ਆਪ ਲੋਕਾਂ ਦਾ ਰੁਝਾਨ ਬਣੇਗਾ ਕਿ ਹਾਂ ਜੀ ਅਸੀਂ ਟੈਕਸ ਪੇ ਕਰੀਏ ਕਮਾਈਏ ਔਰ ਟੈਕਸ ਹਰ ਵਿਅਕਤੀ ਨੂੰ ਚਾਹੀਦਾ ਉਤਸ਼ਾਹਿਤ ਵੀ ਕਰਨਾ ਚਾਹੀਦਾ ਮੈਂ ਕਹਿੰਦਾ ਲਾਜ਼ਮੀ ਕਰ ਦੇਣਾ ਚਾਹੀਦਾ ਚਾਹੇ ਕੋਈ ਪ੍ਰਾਈਵੇਟ ਜੌਬ ਕਰਦਾ ਚਾਹੇ ਉਹ ਜਿੰਨੇ ਮਰਜ਼ੀ ਪੈਸੇ ਕਮਾਉਂਦਾ ਚਾਹੇ ਤਨਖਾਹ ਜੋ ਤੁਸੀਂ ਮਿਨੀਮਮ ਤਨਖਾਹ ਰੱਖੀ ਆ 8000 ਰੁਪਇਆ ਤੇ ਤੁਸੀਂ 8000 ਦੇ ਵਿੱਚੋਂ ਵੀ ਦੇਖੋ ਨਾ ਕਿ ਕਿੰਨਾ ਟੈਕਸ ਚਾਹੀਦਾ ਕਿੰਨਾ ਟੈਕਸ ਚਾਹੀਦਾ ਬਿਲਕੁਲ ਜੀ ਹੈ ਜੇ ਤੁਹਾਡਾ ਤੁਹਾਨੂੰ ਲੱਗਦਾ ਕਿ 8000 ਦੇ ਟੈਕਸ ਨਹੀਂ ਦਿੱਤਾ ਜਾ ਸਕਦਾ ਉਹਦੀ ਮਿਨੀਮਮ ਵੇਜ ਫਿਰ 10000 ਕਰਾਓ ਜੀ 2000 ਟੈਕਸ ਪਾਓ ਹਰ ਵਿਅਕਤੀ ਨੂੰ ਲੱਗੇ ਕਿ ਮੈਂ ਟੈਕਸ ਪੇਅਰ ਆ ਔਰ ਉਹਨੂੰ ਜ਼ਿੰਮੇਵਾਰ ਨਾਗਰਿਕ ਬਣੇ ਵਿਅਕਤੀ ਔਰ ਉਹਨੂੰ ਲੱਗੇ ਕਿ ਹਾਂ ਭਾਈ ਜੇ ਮੈਂ ਟੈਕਸ ਦਿੱਤਾ ਤੇ ਫਿਰ ਉਹਨੂੰ ਇਹ ਵੀ ਪਤਾ ਹੋਵੇ ਕਿ ਮੇਰਾ ਜਿਹੜਾ ਟੈਕਸ ਦਾ ਪੈਸਾ ਦਿੱਤਾ ਹੋਇਆ ਉਹ ਸਹੀ ਹੱਥਾਂ 'ਚ ਸੁਰੱਖਿਅਤ ਆ ਉਹ ਪੈਸਾ ਜਿਹੜਾ ਸਹੀ ਢੰਗ ਨਾਲ ਵਰਤਿਆ ਜਾ ਰਿਹਾ ਜੀ ਬਿਲਕੁਲ ਠੀਕ ਹੈ ਪਿਛਲੇ ਅਰਸੇ ਦੌਰਾਨ ਨਜ਼ਰ ਆਈਆਂ ਨੇ ਕੁਝ ਗੱਲਾਂ ਪਰ ਮੈਂ ਕਿਸੇ ਵੀ ਪਾਰਟੀ ਦੀ ਤਾਰੀਫ ਕਰਨ ਤੋਂ ਥੋੜਾ ਬਚਦਾ ਹੋਇਆ ਮੈਂ ਆਪਣੇ ਵੱਲੋਂ ਤੇ ਇਹੀ ਗੱਲ ਕਹੂੰਗਾ ਕਿ ਜਿਹੜੇ ਲੋਕ ਕੁਝ ਨਾ ਕੁਝ ਜਿਨ੍ਹਾਂ ਤੋਂ ਉਮੀਦ ਹੈ ਜਿਨ੍ਹਾਂ ਨੇ ਕੁਝ ਕਰਕੇ ਦਿਖਾਇਆ ਵੀ ਹੈ ਜਿਨ੍ਹਾਂ ਨੇ ਪੂਰੇ ਮੁਲਕ ਦੇ ਵਿੱਚ ਕੁਝ ਕਰਕੇ ਦਿਖਾਇਆ ਭੇਦਭਾਵ ਤੋਂ ਰਹਿਤ ਕਰਕੇ ਦਿਖਾਇਆ ਉਹਨਾਂ ਦੀਆਂ ਨੀਤੀਆਂ ਨੂੰ ਆਪਾਂ ਜਿਹੜਾ ਇੱਕ ਵਾਰੀ ਦਿਲੋਂ ਸਾਫ਼ ਹੋ ਗਏ ਇੱਕ ਵਾਰੀ ਅਸੀਂ ਅਗਾਊਂ ਕੋਈ ਧਾਰਨਾ ਤੋਂ ਸਾਫ਼ ਹੋ ਕੇ ਜਿਹੜੇ ਉਹਨਾਂ ਨੂੰ ਵਚਣਾ ਸ਼ੁਰੂ ਕਰੀਏ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਅਸੀਂ ਤਾਂ ਹੀ ਬਚਾ ਸਕਦੇ